ਸ਼ੁੱਧ ਕਾਂਡਾ ਤੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਤਾਂ ਬਾਲੇ ਹੁੰਦੇ ਆ ਹੁਣ ਕਹਿੰਦੇ ਕਿ Google Pay ਚ ਹੀ ਆਉਣ ਲੱਗਾ ਕੰਮ ਕਰਨ ਕਿ ਲਿਓ ਭਾਈ ਦੇ ਦਿਜੀਟਲ ਇੰਡੀਆ ਡਿਜੀਟਲ ਇੰਡੀਆ ਹੈ ਭਾਈ ਤਾਂ ਫਿਰ ਚੱਲਦਾ ਸਾਰਾ ਕੁਝ ਤਾਂ ਵਿੱਤ ਮਹਿਕਮੇ ਚੋਂ ਅੱਗੇ ਇੱਕ ਸਕੈਮ ਨਿਕਲਿਆ ਜਿਹਦੇ ਵਿੱਚ ਖਜ਼ਾਨੇ ਚੋਂ ਰਕਮ ਜਿਹੜੀ ਕੱਢ ਕੇ ਬਾਜ਼ਾਰ ਚ ਵਿਆਜੂ ਦਿੱਤੀ ਜਾਂਦੀ ਸੀਗੀ ਜੀ ਤੇ ਮੁੜ ਕੇ ਉਹਦਾ ਵਿਆਸ ਜਿਹੜਾ ਆ ਉਹ ਆਪ ਖਾ ਕੇ ਜਦੋਂ ਮਤਲਬ ਕਿ ਕੋਈ ਆਡਿਟ ਵਗੈਰਾ ਹੁਣ ਆਉਂਦਾ ਜਾਂ ਮਤਲਬ ਕਿ ਖਜ਼ਾਨੇ ਚੋਂ ਗਾਂ ਜਾਣੀ ਐ ਮਾਇਆ ਜੀ ਤਾਂ ਉਹ ਚੱਕ ਕੇ ਉਧਰ ਪਾ ਦੇਣੀ ਪাব ਸਰਕਾਰੀ ਪੈਸਾ ਕਮਾਉਂਦੇ ਸੀ ਮਾਰਕੀਟ ਚ ਬਸ ਐਸਾ ਮਾਰਕੀਟ ਚ ਕਮਾ ਕਮਾਣਾ ਹੀ ਨਹੀਂ ਕਲਾ ਕਮਾ ਹੀ ਨਹੀਂ ਸੀ ਰਹਿ ਕਮਾ ਵੀ ਰਹਿ ਸੀਗੇ ਅੱਛਾ ਕਮਾ ਇੰਟਰਸਟ ਵੀ ਖਾਰੇ ਸੀਗੇ ਨਾ ਜੀ ਜਿਵੇਂ ਕਹ ਲੋ ਕਿ ਨਿੱਕੇ ਸਮੇ ਵਾਸਤੇ ਘੱਟ ਮਿਆਦ ਵਾਸਤੇ ਵਿਆਸ ਤੇ ਦੇ ਦਿੱਤਾ ਤੇ ਕਮਾ ਕੇ ਕੁਝ ਖਜ਼ਾਨੇ ਚ ਜਮਾ ਕਰਾ ਦਿੱਤਾ ਤੇ ਕੁਝ ਇਧਰ ਉਧਰ ਉਹ ਜਿਹੜਾ ਉਤਲਾ ਉਹ ਕਰ ਲਿਆ ਜੀ ਤੋਂ ਅਸੀਂ 85 ਲੱਖ ਵਾਲੇ ਮਾਮਲੇ ਦੇ ਵਿੱਚ ਚੀਮਾ ਸਾਹਿਬ ਨੇ ਛੜਕਾ ਦਿੱਤੇ ਸੀਗੇ ਸਾਹਿਬ ਤੇ ਇਹ ਗੱਲ ਚੰਗੀ ਆ ਦੇਖੋ ਜਿਹੜੀ ਗੱਲ ਚੰਗੀ ਹੁੰਦੀ ਹੈ ਨਾ ਕਰਪਸ਼ਨ ਤੇ ਕੁਝ ਕੁ ਕੁ ਸਿਕੰਜਾ ਜਿਹੜਾ ਠੀਕ ਆ ਇਹਨਾਂ ਦਾ ਜੀ ਖਾਸ ਤੌਰ ਤੇ ਕਹਿ ਲੋ ਕਿ ਸਿਆਸਤ ਤੇ ਤਾਂ ਨਹੀਂ ਇਹਨਾਂ ਫਰਾਰੀ ਫਰੂਰੀ ਜ਼ਰਾਰੀ ਜ਼ਰੂਰੀ ਹੋ ਰਹੀ ਉਹ ਤਾਂ ਉਦਾਂ ਹੀ ਚੱਲੀ ਜਾਂਦਾ ਕੰਮ ਜੀ ਉਹ ਉੱਥੇ ਤਾਂ ਕੋਈ ਐਕਸ਼ਨ ਨਜ਼ਰ ਨਹੀਂ ਆ ਰਿਹਾ ਪਰ ਮਤਲਬ ਕਿ ਅਫਸਰ شاہੀ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਖਸ਼ੀਆਂ ਨਹੀਂ ਜਾ ਰਹੀਆਂ ਤੋ ਕਿ ਆਮ ਤੌਰ ਤੇ ਆਪਾਂ ਦੇਖਿਆ ਕਿ ਕਈ ਸਰਕਾਰਾਂ ਟੱਕਦੀਆਂ ਨੇ ਕਿ ਯਾਰ ਸਾਡੇ ਕਾਰਜਕਾਲ ਦੇ ਵਿੱਚ ਜੇ ਕੋਈ ਚੀਜ਼ ਇਸ ਤਰ੍ਹਾਂ ਦੀ ਬਾਹਰ ਆ ਗਈ ਤਾਂ ਉਹ ਖਾਇ ਪਰ ਇਹ ਆ ਕਿ ਅ fırsਰਾਂ ਤੇ ਕਾਰਵਾਈ ਜ਼ਰੂਰ ਕਰ ਰਹੇ ਆ ਨਿਤਾਮਾਂ ਤੇ ਥੋੜਾ ਜਿਹਾ ਉਧਰ ਸੰਕੋਚ ਲੈਂਦੇ ਆ ਕਦਮਾਂ ਨੂੰ ਤੋ ਖੈਰ ਇਹ ਇਹ ਮਾਮਲਾ ਜਿਹੜਾ ਇੱਕ ਵੱਖਰਾ ਹੈ ਇਹਦੇ ਵਿੱਚ ਜਿਹੜੀਆਂ ਬਦਲੀਆਂ ਵਗੈਰਾ ਤੁਹਾਨੂੰ ਪਤਾ ਨਾ ਬਦਲੀਆਂ ਵੀ ਆਪਣੇ ਆਪ ਚ ਇੱਕ ਸਕੈਮ ਹੈ ਜੀ ਇੰਡੀਆ ਚ ਬਦਲੀਆਂ ਬਹੁਤ ਵੱਡਾ ਸਕੈਮ ਹੈ ਜੀ ਤੋ ਇਹ ਸਕੈਮ ਚੱਲਦੇ ਹੀ ਰਹਿੰਦੇ ਆ ਤਾਂ ਜਿਹੜੀ ਫਾਈਨੈਂਸ ਡਿਪਾਰਟਮੈਂਟ ਦੀ ਕੋਈ ਵੀ ਨਿਯੁਕਤੀਆਂ ਲਈ ਕੋਈ ਰਿਸ਼ਵਤ ਚੱਲਦੀ ਸੀਗੀ ਉਹ ਇਦਾਂ ਚੱਲਦੀ ਸੀ ਕਿ UPI ਚੈਨਲ ਥਰੂ ਜੀ ਕਿ ਮਤਲਬ ਕਿ ਰਿਸ਼ਵਤ ਦਾ ਪੈਸਾ ਕਿਸ ਤਰ੍ਹਾਂ ਆਹੀ Google Pay ਤੇ ਉਸ ਤੋਂ ਬਾਅਦ ਕੀ ਹੈ ਕਿ ਉਹ ਖਾਤੇ ਜਿਹੜੇ ਸੀਗੇ ਉਹ ਖਾਤੇ ਵੀ ਥਰਡ ਪਾਰਟੀ ਦੇ ਜੀ ਮਤਲਬ ਕਿ ਜਿੱਦਾਂ ਹੁਣ ਲਾ ਲਓ ਕਿ ਦੋ ਬੰਦੇ ਕੋਈ ਵੀ ਕਰ ਰਹੇ ਨੇ ਕੰਮ ਜੀ ਉਹਨਾਂ ਦੀ ਆਪਸ ਦੇ ਵਿੱਚ ਸੈਟਿੰਗ ਹੋ ਗਈ ਕੋਈ ਕਿਸੇ ਦੇ ਖਾਤੇ 'ਚ ਪੈਸੇ ਪਵਾ ਰਿਹਾ ਪਰ ਉਹ ਪੈਸਾ ਡਾਇਰੈਕਟਲੀ ਉਹਦੇ ਉਹਦੇ Google Pay ਦੇ ਅਕਾਊਂਟ 'ਚ ਨਹੀਂ ਜਾ ਰਿਹਾ ਉਹਦੇ ਖਾਤੇ 'ਚ ਨਹੀਂ ਜਾ ਰਿਹਾ ਥਰਡ ਪਾਰਟੀ ਦੇ ਖਾਤੇ 'ਚ ਜਾ ਰਿਹਾ ਹੈ ਤਾਂਗਾ ਉਹ ਕੀ ਕਰ ਰਿਹਾ ਉਹ ਕਮਿਸ਼ਨਲ ਕੱਟ ਕੇ ਤੇ ਸਾਰੇ ਪੈਸੇ ਉਹਨਾਂ ਨੂੰ ਦੇ ਰਿਹਾ ਉਹਨੇ ਆਪਣਾ ਮਤਲਬ ਕਿ ਖੇਡ ਚ ਲਾਇਆ ਹੋਇਆ ਉਹ ਅੱਡ ਕ腐ਸ਼ਨ ਦੇ ਵਿੱਚੋਂ ਇੱਕ ਹਿੱਸਾ ਪੱਤੀ ਰੱਖ ਕੇ ਤੇ ਉਹ ਵੀ ਦਾਗਦਾਰ ਹੋ ਰਿਹਾ ਵਾ